ਉਸ਼ੋ ਦੇ ਲੈਕਚਰ ਅੰਸ਼ ਇੱਕ ਛੋਟੇ ਜਿਹੇ ਸਕੂਲ ਚ ਭੂਗੋਲ ਦਾ ਇੱਕ ਅਧਿਆਪਕ ਸੀ ਅਨੋਖਾ ਅਧਿਆਪਕ ਉਹਨੇ ਦੁਨੀਆ ਦੇ ਨਕਸ਼ੇ ਦੇ ਬਹੁਤ ਸਾਰੇ ਟੁਕੜੇ ਕੱਟ ਕੇ ਰੱਖੇ ਸੀ ਉਹਨਾਂ ਟੁਕੜਿਆਂ ਨੂੰ ਰਲਾ ਦਿੰਦਾ ਬੱਚਿਆਂ ਨੂੰ ਕਹਿੰਦਾ ਇਹਨਾਂ ਨੂੰ ਜੋੜ ਕੇ ਦੁਨੀਆ ਦਾ ਨਕਸ਼ਾ ਬਣਾਓ ਬੜਾ ਕਠਿਨ ਹੈ ਦੁਨੀਆ ਦਾ ਨਕਸ਼ਾ ਬਣਾਉਣਾ ਦੁਨੀਆ ਵੱਡੀ ਚੀਜ਼ ਹੈ ਇੱਕ ਘਰ ਨੂੰ ਬਣਾਉਣਾ ਮੁਸ਼ਕਿਲ ਹੋ ਜਾਂਦਾ ਸਾਰੀ ਦੁਨੀਆ ਦਾ ਨਕਸ਼ਾ ਬਣਾਉਣਾ ਬਹੁਤ ਹੀ ਮੁਸ਼ਕਿਲ ਹੈ ਛੋਟੇ ਛੋਟੇ ਟੁਕੜੇ ਸੀ ਜੋੜਨਾ ਬਹੁਤ ਮੁਸ਼ਕਲ ਸੀ ਲੇਕਿਨ ਇੱਕ ਲੜਕਾ ਬਹੁਤ ਹੁਸ਼ਿਆਰ ਸੀ ਉਹਨੇ ਉਹਨਾਂ ਟੁਕੜਿਆਂ ਨੂੰ ਉਲਟਾ ਕੇ ਦੇਖਿਆ ਦੇਖ ਕੇ ਹੈਰਾਨ ਹੋਇਆ ਇੱਕ ਪਾਸੇ ਦੁਨੀਆ ਦਾ ਨਕਸ਼ਾ ਸੀ ਉਹਦੇ ਦੂਜੇ ਪਾਸੇ ਆਦਮੀ ਦੀ ਤਸਵੀਰ ਸੀ ਉਹਨੇ ਨਕਸ਼ੇ ਦੇ ਸਾਰੇ ਟੁਕੜੇ ਉਲਟਾ ਦਿੱਤੇ ਆਦਮੀ ਦੀ ਤਸਵੀਰ ਜੋੜ ਦਿੱਤੀ ਉਹ ਆਦਮੀ ਦੀ ਤਸਵੀਰ ਕੁੰਜੀ ਸੀ ਪਿਛੇ ਆਦਮੀ ਦੀ ਤਸਵੀਰ ਬਣ ਗਈ ਦੂਜੇ ਪਾਸੇ ਦੁਨੀਆ ਦਾ ਨਕਸ਼ਾ ਬਣ ਗਿਆ ਅਸੀਂ ਸਾਰੇ ਲੋਕ ਵੀ ਦੁਨੀਆ ਦਾ ਨਕਸ਼ਾ ਜੋੜਨ 'ਚ ਲੱਗੇ ਹੋਏ ਹਾਂ ਲੇਕਿਨ ਉਹ ਜੋ ਕੁੰਜੀ ਹੈ ਦੁਨੀਆ ਦੇ ਨਕਸ਼ੇ ਨੂੰ ਜੋੜਨ ਦੀ ਉਹਨੂੰ ਆਦਮੀ ਬਿਲਕੁਲ ਭੁੱਲ ਗਿਆ ਉਹਨੂੰ ਜੋੜਨਾ ਅਸੀਂ ਭੁੱਲ ਗਏ ਆ ਆਦਮੀ ਇੱਕ ਸੁਰ ਹੋ ਜਾਏ ਤਾਂ ਦੁਨੀਆ ਇੱਕ ਸੁਰ ਹੋ ਸਕਦੀ ਹੈ ਆਦਮੀ ਠੀਕ ਹੋ ਜਾਏ ਦੁਨੀਆ ਠੀਕ ਹੋ ਸਕਦੀ ਹੈ ਜੇ ਆਦਮੀ ਅੰਦਰੋਂ ਅਰਾਜਕ ਹੋ ਜਾਏ ਹਿੱਸਾ ਹਿੱਸਾ ਹੋ ਜਾਏ ਛਿੱਟਪੁੱਟ ਹੋ ਜਾਏ ਤੇ ਸਾਡੀ ਦੁਨੀਆ ਦੇ ਇੱਕ ਸੁਰ ਹੋਣ ਦਾ ਤਰਤੀਬ ਵਾਰ ਹੋਣ ਦਾ ਕੋਈ ਵੀ ਅਰਥ ਨਹੀਂ ਹੋ ਸਕਦਾ ਨਾ ਅਜ ਤੱਕ ਹੋਇਆ ਹੀ ਹੈ ਅਸੀਂ ਜ਼ਿੰਦਗੀ ਦਾ ਬਹੁਤ ਸਮਾਂ ਦੁਨੀਆ ਨੂੰ ਇੱਕ ਸੁਰ ਕਰਨ 'ਚ ਨਸ਼ਟ ਕਰ ਦਿੰਨੇ ਆ ਇੱਕ ਆਦਮੀ ਜਿੰਨੀ ਆਪਣੇ ਘਰ ਦੇ ਫਰਨੀਚਰ ਨੂੰ ਇੱਕ ਸੁਰ ਕਰਨ ਦੇ ਲਈ ਚਿੰਤਾ ਕਰਦਾ ਓਨੀ ਓਨੇ ਆਪਣੀ ਆਤਮਾ ਨੂੰ ਇੱਕ ਸੁਰ ਕਰਨ ਦੀ ਚਿੰਤਾ ਕਦੀ ਨਹੀਂ ਕੀਤੀ ਹੈਰਾਨੀ ਹੁੰਦੀ ਹੈ ਇਹ ਜਾਣ ਕੇ ਕਿ ਆਦਮੀ ਨਿੰਗੋਣੇ ਦੇ ਨਾਲ ਕਿੰਨਾ ਸਮਾਂ ਨਸ਼ਟ ਕਰਦਾ ਹੈ ਖੁਦ ਨੂੰ ਬਿਲਕੁਲ ਭੁੱਲ ਜਾਂਦਾ ਹੈ ਜੋ ਵਿਰਾਟ ਹੈ ਕੀ ਫਾਇਦਾ ਜੇ ਸਾਰੀ ਦੁਨੀਆ ਵੀ ਇੱਕ ਸੁਰ ਹੋ ਜਾਏ ਆਦਮੀ ਨਾ ਹੋਵੇ ਤਾਂ ਉਸ ਦੁਨੀਆ ਦਾ ਅਸੀਂ ਕੀ ਕਰਾਂਗੇ ਜੀਸਸ ਨੇ ਪੁੱਛਿਆ ਬਾਈਬਲ ਵਿੱਚ ਸਾਰੀ ਦੁਨੀਆ ਦਾ ਰਾਜ ਮਿਲ ਜਾਏ ਤੇ ਜੇ ਮੈਂ ਖੁਦ ਨੂੰ ਵਾ ਦੇਵਾਂ ਉਸ ਰਾਜ ਨੂੰ ਪਾਉਣ ਵਿੱਚ ਤਾਂ ਅਜਿਹੀ ਦੁਨੀਆ ਨੂੰ ਪਾ ਕੇ ਵੀ ਕੀ ਕਰਾਂਗਾ ਇਹ ਹੀ ਹੋਇਆ ਆਦਮੀ ਨੇ ਖੁਦ ਨੂੰ ਵੇਚ ਦਿੱਤਾ ਹੈ ਚੀਜ਼ਾਂ ਖਰੀਦ ਲਈਆਂ ਹਨ ਧੰਨਵਾਦ